Thank you.
ਦਰਸ਼ਨ ਦੇ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ।
ਤੇ ਹਜ਼ੂਰਾਂ ਜਪੀਆਂ ਪੱਤੀਆਂ ਸਤਿਗਵਾਨਾਂ ਜਿਹਨਾਂ ਨਾਮ ਜਪਿਆ ਬਣ ਕੇ ਸਕਿਆ ਦੇਵ ਕਲਾਈ ਤੇ ਵਾਹਿਦੇਵ ਪ੍ਰਗਟ ਕੀਤਾ ਸਮੂਹ ਸਿੰਘਾਂ ਸੀਤਾਂ ਦੀ ਕੁਮਾਰੀ ਦਾ ਧਿਆਨ ਧਰ ਕੇ ਬੋਲੋ ਵਾਹਿਗੁਰੂ ਸੇਵਕਾਂ ਦੀ ਭਾਵਨਾਵਾਂ ਕੇਸ ਚੱਲਦਾ ਸੱਚੇ ਪਾਤਸ਼ਾਹ ਦੀ ਜਿੱਤ ਕਰਨ ਸੱਚੇ ਪਾਤਸ਼ਾਹ ਜੀ
ਅਗਲਾ ਸ੍ਰੀ ਅਖੰਡ ਪਾਠ ਸਾਹਿਬ ਸਾਹਿਬ ਜੀਓ ਨਗਰ ਲਿੱਦੜਾਂ ਦੀ ਸਮੂਹ ਸੰਗਤ ਵੱਲੋਂ ਪਾਤਸ਼ਾਹ ਜੀਓ ਸੰਤ ਮਹਾਰਾਜ ਸ਼੍ਰੀਮਾਨ 111 ਸੰਤ ਮਹਾਰਾਜ ਸੰਤ ਬਾਬਾ ਬਹਾਦਰ ਸਿੰਘ ਮਹਾਰਾਜ ਦੀ ਯਾਦ ਦੇ ਵਿੱਚ ਸਮੂਹ ਨਗਰ ਵੱਲੋਂ ਸੱਚੇ ਪਾਤਸ਼ਾਹ ਜੀ ਸੇਵਾ ਹੋਈ। ਅਗਲਾ ਸ੍ਰੀ ਅਖੰਡ ਪਾਠ ਸਾਹਿਬ ਸੱਚੇ ਪਾਤਸ਼ਾਹ ਜੀਓ ਬੀਬੀ ਮਨਦੀਪ ਕੌਰ ਸਪੁੱਤਰੀ ਸਰਦਾਰ ਪਰਮਾਨੰਦ ਸਿੰਘ ਨਗਰ ਸਨਾਮ ਵੱਲੋਂ ਸੱਚੇ ਪਾਤਸ਼ਾਹ ਜੀਓ ਆਪ ਕਿਰਪਾ ਕਰਨੀ, ਜੋ ਵੀ ਵਿਦੇਸ਼ੀ ਕਾਰਜ ਨੇ ਸੱਚੇ ਪਾਤਸ਼ਾਹ ਜੀਓ ਉਹਨਾਂ ਚੜ੍ਹਦੀ ਕਲਾ ਬਖਸ਼ ਕਰਨੀ, ਜੋ ਵੀ ਸੇਵਕ ਪਰਿਵਾਰ ਦੀਆਂ ਭਾਵਨਾਵਾਂ ਨੇ ਉਹ ਪੂਰੀਆਂ ਕਰਨੀਆਂ ਮਹਾਰਾਜ ਸਾਹਿਬ ਜੀਓ ਸੱਚੇ ਪਾਤਸ਼ਾਹ ਜੀਓ ਆਪ ਜੀ ਦੀ ਮਹਾਨ ਕਿਰਪਾ ਹੋਈ ਹੈ। ਸੱਚੇ ਪਾਤਸ਼ਾਹ ਜੀ ਉਹ ਸੇਵਕਾਂ ਦੇ ਤਾਨ ਕਰਕੇ ਮਨ ਕਰਕੇ ਸੁਰਤੀ ਕਰਕੇ ਸਵਾਵਾਂ ਨਿਭਾ ਰਹੀਆਂ ਨੇ। ਸੱਚੇ ਪਾਤਸ਼ਾਹ ਜੀ ਸਭਨਾਂ ਦੀਆਂ ਸਵਾਵਾਂ ਦੇਖੀ ਵਿੱਚ ਲਾਉਂਦੀਆਂ ਮਹਾਰਾਜ ਸਾਹਿਬ ਜੀ ਉਹ ਹਰੀਆਂ ਸਬਜ਼ੀਆਂ ਦੀ ਸੇਵਾ ਸੱਚੇ ਪਾਤਸ਼ਾਹ ਜੀ ਉਹ ਧੂਰੀ ਵੇਲੜਾ ਸੱਚੇ ਪਾਤਸ਼ਾਹ ਜੀ ਚੁਰਾਲ ਕਾਂਝੜਾ ਪੱਟੀ ਫਿਰ ਇਲਾਕੇ ਵੱਲੋਂ ਸੇਵਾ ਹੋਈ ਮਹਾਰਾਜ ਸਾਹਿਬ ਜੀ ਉਹ ਪੱਕਾ ਭੰਡਾਰਾ ਨਗਰ ਕਾਤਮ ਅਤੇ ਚਾਂਗਲੀ ਜਥੇਦਾਰ ਭੋਲਾ ਸਿੰਘ ਸੱਚੇ ਪਾਤਸ਼ਾਹ ਉਹਨਾਂ ਵੱਲੋਂ ਸੇਵਾ ਹੋਈ ਮਹਾਰਾਜ ਸਾਹਿਬ ਜੀ ਆਪ ਕਿਰਪਾ ਕਰਨੀ ਸਦਾ ਹੀ ਮਿਹਰ ਕਰਨੀ ਸੱਚੇ ਪਾਤਸ਼ਾਹ ਜੀ ਉਹ ਕਿਰਪਾ ਕਰਿਓ ਗੁਰੂ ਮਹਾਰਾਜ ਸਾਹਿਬ ਜੀ ਉਹ ਸੇਵਕਾਂ ਦੀਆਂ ਭਾਵਨਾਵਾਂ ਪੂਰੀਆਂ ਕਰਨੀ ਚੜ੍ਹਦੀ ਕਲਾ ਬਖਸ਼ ਕਰਨੀ ਪਾਤਸ਼ਾਹ ਜੀ ਉਹ ਅੰਮ੍ਰਿਤ ਵੇਲੇ ਤੋਂ ਲੈ ਕੇ ਪੰਜਾਹ ਨਿਯਮ ਦੇ ਜਾਪ ਹੋਏ ਮਹਾਰਾਜ ਸਾਹਿਬ ਜੀ ਆਸਾ ਜੀ ਦੀ ਵਾਰ ਦੇ ਹਰਿਸ਼ ਕੀਰਤਨ ਕੀਤੇ ਗਏ ਪਾਤਸ਼ਾਹ ਜੀ ਉਹ ਭੋਗ ਉਪਰੰਤ ਮਹਾਰਾਜ ਸਾਹਿਬ ਜੀ ਉਹ ਆਰਤੀ ਆਰਤਾ ਹੋਇਆ ਸੱਚੇ ਪਾਤਸ਼ਾਹ ਜੀ ਉਹ ਅੱਖਰ ਵਾਧਾ ਘਾਟਾ ਭੋਗ ਕਮਾਲ ਕਰਨੀ ਬਾਣੀ ਪੜ੍ਹੀ ਸੁਣੀ ਸਤਖੰਡ ਪ੍ਰਵਾਨ ਕਰਨੀ ਮਹਾਰਾਜ ਸਾਹਿਬ ਜੀ ਉਹ ਆਪ ਜੀ ਦੇ ਬਿਹੂਨ ਸਿੰਘ ਵਾਲੇ ਸਿਰ 'ਤੇ ਹੱਥ ਰੱਖ ਕੇ ਮਹਾਰਾਜ ਸਾਹਿਬ ਜੀ ਉਹ ਪਾਤਸ਼ਾਹ ਜੀ ਉਹ ਆਪ ਜੀ ਦੇ ਜੋੜ ਮੇਲ ਮਨਾਉਣ ਦੀ ਸਮਰੱਥਾ ਤਾਕਤਾਂ ਬਖਸ਼ ਕਰੇ ਪਾਤਸ਼ਾਹ ਜੀ ਉਹ ਦੇਸਾਂ ਵਿਦੇਸਾਂ ਦੇ ਵਿੱਚ ਬੈਠੇ ਸਿੱਖ ਸੇਵਕ ਪਾਤਸ਼ਾਹ ਜੀ ਉਹ ਆਪ ਜੀ ਦੀ ਯਾਦ ਦੇ ਵਿੱਚ ਨਾਮ ਸਿਮਰਤ ਦੇ ਨਾਲ ਜੁੜ ਕੇ ਪਾਤਸ਼ਾਹ ਜੀ ਉਹ ਆਪ ਜੀ ਸੇਵਕਾਂ ਨੇ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਯਾਦ ਦੇ ਵਿੱਚ ਸਮਾਂ ਬਤੀਤ ਕੀਤਾ। ਪਾਤਸ਼ਾਹ ਜੀ ਉਹ ਸੇਵਕਾਂ ਦਾ ਸਮਾਂ ਮਨਜ਼ੂਰ ਕਰਨਾ ਹਾਜ਼ਰੀਆਂ ਪ੍ਰਵਾਨ ਕਰਨੀਆਂ ਮਹਾਰਾਜ ਸਾਹਿਬ ਜੀ ਉਹ ਕਾਕਾ ਜਗਦੀਪ ਸਿੰਘ ਸਪੁੱਤਰ ਸਰਦਾਰ ਕੇਲ ਸਿੰਘ ਸੱਚੇ ਪਾਤਸ਼ਾਹ ਜੀ ਉਹਨਾਂ ਵੱਲੋਂ 1,25,000 ਮੂਲ ਮੰਤਰ ਦੀ ਸੇਵਾ ਹੋਈ। ਪਾਤਸ਼ਾਹ ਜੀ ਕਿਰਪਾ ਕਰਨੀ ਮਿਹਰ ਕਰਨੀ ਸੱਚੇ ਪਾਤਸ਼ਾਹ ਜੀ ਬੀਬੀ ਕਮਲਜੀਤ ਕੌਰ ਕਨੇਡਾ ਸੱਚੇ ਪਾਤਸ਼ਾਹ ਉਹਨਾਂ ਵੱਲੋਂ ਸੁਖਮਨੀ ਸਾਹਿਬ ਦੇ ਜਾਪ ਹੋਏ। ਪਾਤਸ਼ਾਹ ਜੀ ਆਪ ਮਨਜ਼ੂਰ ਕਰਨੀ ਸੇਵਕਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨੀਆਂ ਚੜ੍ਹਦੀ ਕਲਾ ਬਖਸ਼ ਕਰਨੀ। ਪਾਤਸ਼ਾਹ ਜੀ ਆਪ ਜੀ ਦੇ ਜੋੜ ਮੇਲ ਮਨਾਉਣ ਦੀ ਸਮਰੱਥਾ ਤੱਕ ਬਖਸ਼ ਕਰਨੀ ਸੰਪੂਰਨਤਾ ਹੋਈ ਹੈ। ਨਿਰਗੁਣ ਅਨੁਸਾਰ ਭੋਗ ਪਾਏ ਗਏ ਨੇ। ਬਾਣੀ ਪੜ੍ਹੀ ਸੁਣੀ ਸਤਖੰਡ ਪ੍ਰਵਾਨ ਕਰੋ। ਬਾਣੀ ਦਾ ਭਾਵ ਸੇਵਕਾਂ ਦੇ ਹਿਰਦਿਆਂ 'ਤੇ ਵਸਾਉਣਾ। ਪਾਤਸ਼ਾਹ ਜੀ ਭੋਗ ਦੇ ਸਮੇਂ 'ਤੇ ਸੇਵਕ ਪਰਿਵਾਰਾਂ ਵੱਲੋਂ ਪਾਤਸ਼ਾਹ ਜੀ ਉਹ ਆਪ ਨੂੰ ਸੁੰਦਰ ਪਹਿਰਾਕੇ ਪਹਿਨਾਏ ਗਏ ਨੇ। ਆਪ ਅੰਗੀਕਾਰ ਕਰਨੀ ਆਪਣੇ ਸੇਵਕਾਂ ਦੇ ਪਰਦੇ ਲੋਕ ਪ੍ਰਲੋਕ ਹੋ ਕੇ ਗਏ ਨੇ ਮਹਾਰਾਜ ਸਾਹਿਬ ਜੀ ਉਹ ਸਾਰੇ ਪੱਟੀ ਫੇਰਨ ਲੱਗ ਗਏ ਨੇ। ਪਾਤਸ਼ਾਹ ਜੀ ਉਹ ਸਵਾਵਾਂ ਨਿਭਾਈਆਂ ਨੇ। ਸਭਨਾਂ ਨੂੰ ਸਵਾਵਾਂ ਕਰਨ ਦੀ ਸਮਰੱਥਾ ਤਾਕਤ ਬਲ ਬਖਸ਼ ਕਰਨਾ ਮਹਾਰਾਜ ਸਾਹਿਬ ਜੀ ਜੋੜਾ ਘਰ ਦੀ ਸੇਵਾ ਨਗਰ ਭੈਣੀ ਸਾਹਿਬ ਵੱਲੋਂ ਹੋਈ ਆ। ਸੱਚੇ ਪਾਤਸ਼ਾਹ ਜੀ ਉਹ ਸੇਵਕ ਤਨ ਕਰਕੇ ਮਨ ਕਰਕੇ ਸੁਰਤੀ ਕਰਕੇ ਸਵਾਵਾਂ ਨਿਭਾਈਆਂ ਨੇ ਨਿਭਾ ਰਹੇ ਨੇ। ਸਭਨਾਂ ਦੀਆਂ ਲੇਖੇ ਵਿੱਚ ਲਾਉਣੀਆਂ ਮਹਾਰਾਜ ਸਾਹਿਬ ਜੀ ਉਹ ਸਭਨਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਿਓ। ਪਾਤਸ਼ਾਹ ਜੀ ਉਹ ਗੁਰੂ ਮਹਾਰਾਜ ਸਾਹਿਬ ਜੀ ਆਪ ਜੀ ਦੀ ਹਜ਼ੂਰੀ ਦੇ ਵਿੱਚ ਪੰਚਮ ਕੜਾਹ ਪ੍ਰਸ਼ਾਦ ਦੀ ਦੇਖ ਸਕੇ ਹਾਜ਼ਰ ਹੋਈ ਆ। ਪਾਤਸ਼ਾਹ ਜੀ ਆਪ ਜੀ ਕੋਲ ਭੋਗ ਲੱਗਿਆ, ਆਪ ਜੀ ਦਾ ਲੱਗਿਆ ਭੋਗ ਸੰਗਤਾਂ ਵਿੱਚ ਵਰਤੇ, ਜੋ ਜੀ ਸਕੇ ਸੋ ਸਵਾਸ ਸਵਾਸ ਆਪ ਜੀ ਦਾ ਨਾਮ ਜਪੇ ਮਹਾਰਾਜ ਸਾਹਿਬ ਜੀ ਨੂੰ। ਅਗਲਾ ਸ੍ਰੀ ਅਖੰਡ ਪਾਠ ਸੱਚੇ ਪਾਤਸ਼ਾਹ ਜੀ ਨੂੰ ਆਪ ਜੀ ਦੇ ਦਰ ਘਰ ਦੇ ਸੇਵਕ ਸਰਦਾਰ ਹਰਜਿੰਦਰ ਸਿੰਘ ਬਾਲੀ ਸਨਾਮ ਅਤੇ ਮਾਤਾ ਹਰਪਾਲ ਕੌਰ ਦੇ ਸਪੁੱਤਰ ਸੱਚੇ ਪਾਤਸ਼ਾਹ ਜੀ ਆਪ ਕਿਰਪਾ ਕਰਨੀ ਮਤ ਬੁੱਧ ਬਖਸ਼ ਕਰਨੀ। ਪਾਤਸ਼ਾਹ ਜੀ ਉਹ ਕਿਰਪਾ ਕਰਨੀ ਸੱਚੇ ਪਾਤਸ਼ਾਹ ਜੀ ਆਪਣੇ ਚਰਨਾਂ ਨਾਲ ਜੋੜਨਾ, ਹਰ ਪ੍ਰਕਾਰ ਕਰਕੇ ਸੇਵਕਾਂ ਦੀ ਰੱਖਿਆ ਕਰਨੀ। ਸੱਚੇ ਪਾਤਸ਼ਾਹ ਜੀ ਆਪ ਜੀ ਦੇ ਸੇਵਕਾਂ ਨੂੰ ਸ੍ਰੀ ਅਖੰਡ ਪਾਠ ਸਾਹਿਬ ਪ੍ਰੰਭ ਕਰਨ ਲਈ ਆਗਿਆ ਬਖਸ਼ ਕਰੋ। ਸੱਚੇ ਪਾਤਸ਼ਾਹ ਜੀ ਸੇਵਕਾਂ ਨੂੰ ਸ਼ੁੱਧ ਬਾਣੀ ਪੜ੍ਹਨ ਦੀ
ਸਮਰੱਥਾ ਤਾਕਤ ਬਖਸ਼ ਕਰਨੀ ਸੇਵਕਾਂ ਨੂੰ ਸੇਵਾ ਕਰਨ ਲਈ ਮਹਾਰਾਜ ਸਾਹਿਬ ਜੀ ਬਾਹਰ ਖੁੱਲ੍ਹੇ ਪੰਡਾਲ ਸੰਤ ਖਾਲਸਾ ਪ੍ਰਕਾਸ਼ ਕੀਰਤਨ ਦਰਬਾਰ ਸਜਾਉਣ ਦੀ ਆਗਿਆ ਬਖਸ਼ ਕਰਨ ਲਈ ਮਹਾਰਾਜ ਸਾਹਿਬ ਜੀ ਇਹ ਬੇਨਤੀ ਆ ਜੋ ਉਹਦੀਆਂ ਆਪ ਦੇ ਚਰਨਾਂ ਦੇ ਵਿੱਚ ਅਰਦਾਸਾਂ ਨੇ ਸਦਾ ਹੀ ਕਿਰਪਾ ਕਰਨ ਲਈ ਮਹਾਰਾਜ ਸਾਹਿਬ ਜੀ ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਬਖਸ਼ ਕਰਨਾ ਨਾਮ ਸਿਮਰਨ ਦੀਆਂ ਦਾਤਾਂ ਬਖਸ਼ ਕਰਿਓ ਸੱਚੇ ਪਾਤਸ਼ਾਹ ਜੀ ਸਦਾ ਹੀ ਮਹਾਰਾਜ ਸਾਹਿਬ ਜੀ ਜੋ ਸਵਾਵਾਂ ਆਪ ਨੂੰ ਪਾਉਂਦੀਆਂ ਨੇ ਮਹਾਰਾਜ ਜੀ ਉਹ ਸਵਾਵਾਂ ਆਪ ਦੇ ਸੇਵਕਾਂ ਦੇ ਸਿਰ 'ਤੇ ਹੱਥ ਰੱਖ ਕੇ ਸਵਾਵਾਂ ਕਰਨ ਦੀਆਂ ਸਮਰੱਥਾ ਤਾਕਤਾਂ ਬਖਸ਼ ਕਰਿਓ ਕਿਰਪਾ ਕਰਨੀ ਸੱਚੇ ਪਾਤਸ਼ਾਹ ਜੀ ਮਿਹਰ ਕਰਿਓ ਉਹਨਾਂ ਤਮਾਮ ਭੁੱਲਾਂ ਦੀ ਖਿਮਾ ਕਰਿਓ ਸੱਚੇ ਪਾਤਸ਼ਾਹ ਜੀ ਮਿਹਰ ਕਰਿਓ ਸੱਚੇ ਪਾਤਸ਼ਾਹ ਜੋ ਆਪ ਜੀ ਦੇ ਦਰ 'ਤੇ ਆਵੇ ਸੋ ਰਾਜੀ ਖੁਸ਼ੀ ਜਾਵੇ ਅੜੇ ਸੋ ਝੜੇ ਸਰਨ ਪਰੇ ਸੋ ਤਰੇ ਧੰਨ ਗੁਰੂ ਨਾਨਕ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਨ ਜੋ ਹੋਏ ਇਸਗੀ ਕਰ ਪੂਰਾ ਪਾਸਾਰ ਫਤਿਹ ਕਾ ਨਿਰਕਲੰਕ ਅਵਤਾਰ ਕਲਗੀ ਸੋਹੈ ਸੀਸ ਜੁਗੜੀ ਰੱਖਿਆ ਗੁਰ ਕਲਗੀ ਧਰ ਜਗਦੀਸ ਗੁਰੂ ਗੋਬਿੰਦ ਸਿੰਘ ਪੂਰਨ ਗੁਰ ਅਵਤਾਰ ਰੇ ਸ੍ਰੀ ਅਬਚਲ ਨਗਰ ਅਪਾਰ ਵਾਹਿਗੁਰੂ ਨਾਮ ਜਪਾਰ ਚੜੇ ਸੋ ਕਰੇ ਪਾਰ ਸੇਵਾ ਦੀ ਗੁਰਪਾਰ ਵਧਾਰਨ ਹਾਰ ਕਰ ਸੇਵਾ ਦੀ ਗੁਰਪਾਰ ਵਧਾਰਨ ਹਾਰ
ਰਾਮਦਾਸ ਸਰੋਵਰ
ਜਦੋਂ ਆਪਾਂ ਸ਼ੁਰੂ ਕੀਤਾ ਸੀ ਉਦੋਂ ਬੜਾ ਇਹ ਕੰਜਸਟਡ ਜਿਹਾ ਸਥਾਨ ਸੀ, ਪਰ ਬਚਨ ਹਜ਼ੂਰ ਦੇ ਪੂਰੇ ਹੋ ਰਹੇ ਨੇ ਕਿ ਇੱਥੇ ਇੰਨੀਆਂ ਸ਼ਬਰਾਂ ਲੱਗਿਆ ਕਰਨਗੀਆਂ। ਆਪ ਤੁਸੀਂ ਦੇਖ ਲਓ ਕਿੰਨੇ ਦਿਨਾਂ ਤੋਂ ਆਨੰਦ ਮਾਣ ਰਹੇ ਹੋ। ਹਜ਼ੂਰ ਦਾ ਕੋਟਨ ਕੋਟ ਧੰਨਵਾਦ ਹੈ, ਸਮੁੱਚੀ ਸੰਗਤ ਦਾ ਇਲਾਕਾ ਪੱਟੀ ਫੇਰ ਰੰਗਿਆ ਹੋਇਆ ਸੇਵਾ ਦੇ ਨਾਲ, ਖਾਸ ਕਰਕੇ ਕਿਉਂਕਿ ਵਾਰ ਮਿਲਿਆ ਹੋਇਆ ਕਿ ਤੁਹਾਡੇ ਹਿੱਸੇ ਦਾ ਨਾਮ ਅਸੀਂ ਆਪੇ ਜਪਾਂਗੇ, ਤੁਸੀਂ ਸੇਵਾ ਕਰਿਆ ਕਰ। ਦਾਤਾ ਨੇ ਨਿਤ ਅਵਤਾਰ ਸਰੂਪ ਉਸ ਵਾਹਿਗੁਰੂ ਦੇ ਚਰਨਾਂ ਦੇ ਵਿੱਚੋਂ ਬਖਸ਼ਾਂ ਲੈ ਕੇ ਆਉਣਾ, ਉਹ ਹੁਕਮ ਲੈ ਕੇ ਆਉਣੇ ਤੇ ਆਏ ਨਿਤ ਨਵਾਂ ਹੁਕਮ ਵਰਤਾਉਣਾ। ਮਹਾਰਾਜ ਜੀ ਦਾ ਕੋਟਨ ਕੋਟ ਧੰਨਵਾਦ ਹੈ, ਉਹਨਾਂ ਦੀ ਪ੍ਰਸੰਨਵੀ ਮਿੱਠੀ ਨਿੱਘੀ ਯਾਦ ਸਮੁੱਚਾ ਸੰਸਾਰ ਹੀ ਮਨਾ ਰਿਹਾ। ਦੀਪਕ ਪਰਦਾਸ ਦੇ ਵਿੱਚ ਸਰਵਨ ਕੀਤਾ ਕਿ 1,25,000 ਮੂਲ ਮੰਤਰ ਦਾ ਜਾਪ ਕੀਤਾ ਇੱਕ ਸੱਜਣ, ਕਿਸੇ ਨੇ ਸੋਖਨੀ ਸਾਹਿਬ ਕੀਤਾ, ਕਿਸੇ ਨੇ ਸਹਿਜ ਪਾਠ ਕੀਤੇ ਨੇ, ਕਿਸੇ ਨੇ ਜੋਗੀ ਸਾਹਿਬ ਕੀਤੇ ਨੇ, ਕਈਆਂ ਨੇ ਬੇਅੰਤ ਸੇਵਾ ਕੀਤੀ। ਸੋ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਮਤ ਬੁੱਧ ਬਖਸ਼ਿਸ਼ ਕਰਨ, ਕਿਉਂਕਿ ਅੱਜ ਨਾਲ ਹੀ ਦੀਵਾਨ ਦੀ ਪ੍ਰਗਤਤਾ ਹੋ ਰਹੀ ਹੈ। ਅੱਜ ਦਾ ਸਮਾਂ ਆਪ ਸਾਰੇ ਜਾਣਦੇ ਹੋ, ਸਾਰੀ ਸੰਗਤ ਦੇ ਚਰਨਾਂ ਦੀ ਬੇਨਤੀ ਹੈ ਜਲ ਪਾਣੀ ਭੋਜਨ ਪ੍ਰਸ਼ਾਦਾ ਛੱਕ ਕੇ ਸਭ ਨੇ ਖੁੱਲ੍ਹੇ ਪੰਡਾਲ ਦੇ ਵਿੱਚ ਮਹਾਰਾਜ ਜੀ ਦੇ ਪਾਵ ਪਿੱਤਰ ਦਰਸ਼ਨ ਕਰਨੇ ਹੈ ਤੇ ਆਪੋ ਆਪਣੀ ਜਗ੍ਹਾ ਗ੍ਰਹਿਣ ਕਰਨੀ ਹੈ। ਮਹਾਂਪੁਰਖ ਸੰਤ ਹਰਜਿੰਦਰ ਸਿੰਘ ਜੀ ਮਹਾਰਾਜ ਅਨੰਦਪੁਰ ਸਾਹਿਬ, ਉਹ ਵੀ ਕਿਰਪਾ ਕਰਨਗੇ, ਪਹੁੰਚ ਹੀ ਚੁੱਕੇ ਹੋਣਗੇ ਜਾਂ ਪਹੁੰਚਣ ਵਾਲੇ ਨੇ ਬਸ। ਸੋ ਸਮਾਂ ਆਪਾਂ ਉਹਨਾਂ ਤੋਂ ਵੀ ਆਨੰਦ ਮਾਣਨਾ ਹੈ। ਮਹੰਤ ਬਲਜੀਤਦਾਰ ਜੀ ਮਹਾਰਾਜ, ਹੋਰ ਵੀ ਮਹਾਰਾਜ ਜੀ ਨੇ ਬਖਸ਼ੇ ਹੋਏ ਜਿੰਨੇ ਵੀ ਮਹਾਂਪੁਰਖ ਜਿੰਨੇ ਵੀ ਸਭਾ ਦੇ ਵਿੱਚ ਹਾਜ਼ਰੀਆਂ ਭਰਨ ਵਾਲੇ ਨੇ, ਉਹਨਾਂ ਸਾਰਿਆਂ ਤੋਂ ਆਪਾਂ ਲਾਹਾ ਲੈਣਾ ਹੈ। ਮੈਂ ਬੇਨਤੀ ਕਰਾਂ ਅੱਜ ਇਹਨਾਂ ਦੇ ਪਾਠ ਦੇ ਭੋਗ ਪਏ ਨੇ ਸਰਦਾਰ ਪਰਮਾਨੰਦ ਜੀ ਸੁਨਾਮ ਤੋਂ, ਉਹ ਸਰੋਪਾ ਉਹਦੀ